ਇਹ ਦੇਖ ਡੰਟ ਨਹੀਂ ਹੈ ਮਾੜਾ ਜਿਹਾ, ਪਤਾ ਹੀ ਲੱਗ ਰਿਹਾ ਵੀ ਆ ਤਾਂ ਮਤਲਬ ਕੋਈ ਖੜੀ ਗੱਡੀ ਦੇ ਵਿੱਚ ਕੋਈ ਮਤਲਬ ਹੈਂਡਲ ਹੁੰਡਲ ਵੱਜਿਆ ਮੋਟਰਸਾਈਕਲ ਦਾ, ਠੀਕ ਹੈ, ਜਾਂ ਮਤਲਬ ਮੂੰਹ ਕਿਤੇ ਲੱਗ ਗਿਆ ਤਾਂ ਸਾਨੂੰ ਪਤਾ ਹੀ ਲੱਗ ਰਿਹਾ ਕਿੱਥੇ ਵੱਜੀ ਆ। ਹੈ ਛੋਟਾ ਜਿਹਾ ਦੇਖ ਜਿਹੜੇ ਆਹ ਚੀਜ਼ ਹੈ ਨਾ, ਐ ਹੈ ਨਾ, ਇਹ ਹਲਕੀ ਅੰਦਰ ਨੂੰ ਹੋ ਗਈ, ਹੁਣ ਜੇ ਆਪਾਂ ਨੂੰ ਕਢਾ ਵੀ ਲਈਏ ਨਿਕਲ ਤਾਂ ਜਾਊਗਾ ਵੈਸੇ, ਪਰ ਸਮਝ ਨਹੀਂ ਲੱਗ ਰਹੀ ਮਤਲਬ ਵੱਜਿਆ ਕਿਆ ਉਰੇ, ਹੈ ਨਾ, ਮਤਲਬ ਐਂ ਹੋਊਗਾ ਜੇ ਗੱਡੀ ਖੜੀ ਹੋਊਗੀ ਜਿਵੇਂ ਮਤਲਬ ਹੈ ਨਾ, ਉਹਦੇ ਵਿੱਚ ਹੀ ਆ ਕਿ ਇਹ ਮੋਟਰਸਾਈਕਲ ਦਾ ਹੈਂਡਲ ਖੜੀ ਤੇ ਹੀ ਵੱਜਿਆ, ਕਿਉਂਕਿ ਜੇ ਇਹਦੇ ਵਿੱਚ ਗੱਡੀ ਵੱਜਦੀ ਨਾ ਐਂ ਨਾਲ, ਫਿਰ ਆ ਪੂਰੀ ਐਂ ਘਸੀਟ ਪੈਣੀ ਦੀ, ਹੈ ਨਾ, ਆ ਖੜੀ ਮੈਂ ਕੋਈ ਹੈਂਡਲ ਹੁੰਡਲ ਵੱਜਿਆ ਥੋੜ੍ਹਾ ਜਿਹਾ, ਮਤਲਬ ਥੋੜ੍ਹਾ ਹਲਕਾ ਜਿਹਾ ਹੀ ਹੈ, ਕੋਈ ਜ਼ਿਆਦਾ ਨਹੀਂ ਹੈ, ਹੈ ਨਾ, ਬਾਕੀ ਤਾਂ ਠੀਕ ਹੈ। ਲਾਈਨ ਨਹੀਂ ਹੈ ਇਹ ਤਾਂ ਉੱਪਰ ਨਹੀਂ ਹੋਣਾ ਚਾਹੀਦਾ ਆਹ ਚੀਜ਼, ਇਹ ਥੋੜ੍ਹਾ ਜ਼ਿਆਦਾ ਹੀ ਮਤਲਬ ਥੱਲੇ ਹੈ, ਆਹ ਵੀ ਪੈਣ ਵਾਲਾ ਹੀ ਹੈ। ਹੋਰ ਦੇਖੀਏ, ਬਾਕੀ ਬ੍ਰੇਕ ਓਇਲ ਤਾਂ ਠੀਕ ਹੈ, ਬ੍ਰੇਕ ਓਇਲ ਤਾਂ ਜਮਾਂ ਓਕੇ ਹੈ, ਠੀਕ ਹੈ। ਫਿਰ ਵਾਈਪਰ ਵਾਲਾ ਪਤਾ ਨਹੀਂ ਕਿਉਂ ਆਪਣੇ ਆਪ ਖੁੱਲ੍ਹ ਜਾਂਦਾ, ਹੈਂ, ਇਹਨੂੰ ਜਿੰਨਾ ਮਰਜ਼ੀ ਲਾ ਲੈ ਇਹਨੇ ਖੁੱਲ੍ਹੇ ਜਾਣਾ। ਟੇਪ ਲਾ ਦਈਏ ਐਤਕੀ, ਟੇਪ ਪਈ ਅੰਦਰ, ਹੈ ਨਾ, ਇਹਨੂੰ ਕਿਸੇ ਚੀਜ਼ ਨਾਲ ਬੰਨ ਦੂੰਗੇ। ਬਾਕੀ ਇੱਧਰ ਦਾ ਠੀਕ ਹੈ, ਆਹ ਇਹ ਪਾਵਰ ਆ ਵੀ ਕੁਝ ਹੈ ਵੈਸੇ, ਆ ਵੀ ਫੁੱਲ ਹੈ, ਆ ਵੀ ਲੋੜ ਨਹੀਂ ਇੰਨੀ। ਬਾਕੀ ਅੰਦਰ ਡਸਟ ਬਹੁਤ ਪਈ ਹੋਈ ਹੈ ਨਾ, ਕਰ ਦਈਏ ਬੰਦ ਖੜੀ, ਕਵਰ ਨਹੀਂ ਮਤਲਬ ਯਾਰ, ਪਤਾ ਕਿਆ ਚੱਕਰ ਹੈ, ਜਦ ਪਿੱਛੇ ਕੋਈ ਬੰਦਾ ਬੈਠਦਾ ਨਾ ਆਹ ਨਿਕਲ ਜਾਂਦਾ ਬਾਰ ਬਾਰ ਇੱਕ ਦਾ, ਠੀਕ ਹੈ, ਟੇਬਲ ਇੱਕ ਆਇਆ ਉਹਨਾਂ ਨੂੰ, ਹਾਂ ਹੁਣ ਜਾਣਾ ਟੇਬਲ ਵਾਲਾ ਸੈੱਟ ਜੀ ਕਰ ਦੇਣੀ, ਨਹੀਂ ਫਿਰ ਇਹਨੇ ਪੱਟ ਜਾਣਾ, ਹੈ ਨਾ। ਬਾਕੀ ਹੋਰ ਮਾੜਾ ਮੋਟਾ ਹੋਰ ਸੈਟਿੰਗ ਨਹੀਂ ਕਰਨੀ ਅੰਦਰ ਦੇ, ਬਹੁਤ ਸੈਟਿੰਗਾਂ ਕਰਨ ਵਾਲੀ ਗੱਡੀ ਦੀ, ਕਰੀਏ ਫਿਰ ਪਹਿਲਾਂ ਸਾਫ਼ ਜਿਹਾ ਕਰਦੀ ਹੈ ਨਾ ਅੰਦਰ ਦੇ, ਚਲੋ ਇਹ ਚੀਜ਼ਾਂ ਵਿੱਚ ਵੜ ਜਾਂਦਾ, ਦੇਖੋ ਕਿੰਨੀ ਕਿੰਨੀ ਮਿੱਟੀ ਫਸੀ ਹੋਈ ਹੈ ਨਾ, ਕਰੀਏ ਸਾਫ਼, ਜਦੋਂ ਤੱਕ ਸੀਟ ਕਵਰ ਨਹੀਂ ਪੈਂਦੇ ਉਦੋਂ ਤੱਕ ਆਹੀ ਹਾਲ ਹੋਣਾ, ਪਰ ਹੁਣ ਆਪਾਂ ਪੱਕਾ ਜਗਾੜ ਕਰ ਦੇਣਾ ਇਹਦਾ ਕੋਈ। ਇੱਥੇ ਫਸ ਜਾਂਦੀ ਆ ਮਿੱਟੀ, ਇਹਨਾਂ ਵਿੱਚ ਵੀ ਮਿੱਟੀ ਉਹ ਫਸ ਜਾਂਦੀ ਆ, ਬਸ ਜਿਵੇਂ ਆਹ ਫਸੀ ਹੋਈ ਦੇਖੋ, ਇਹ ਨਿਕਲਦੀ ਨਹੀਂ ਛੇਤੀ ਛੇਤੀ, ਕਢਾਉਣੀ ਪੈਂਦੀ ਆ, ਜਾਂ ਫਿਰ ਬੰਦਾ ਆਪ ਕੱਢ ਲਵੇ ਕੱਪੜਾ ਕੁੱਪੜਾ ਮਾਰ ਕੇ। ਇੱਕ ਗੱਲ ਹੋਰ ਹੈ ਵੀ ਜਿਨ੍ਹਾਂ ਕੋਲ ਵੀ ਆ ਗੱਡੀ ਹੈ ਨਾ, ਜਿਹੜੇ ਆਹ ਨੱਟ ਹੁੰਦੇ ਨੇ, ਆਹ ਨੱਟ ਹੋ ਗਏ, ਆਹ ਵਾਲੇ ਹੋ ਗਏ, ਹੈ ਨਾ, ਜਿੰਨੇ ਵੀ ਨੇ ਆਹ ਟਾਈਟ ਕਰਵਾ ਲਿਆ ਕਰੋ, ਕਿਉਂਕਿ ਮੇਰੇ ਨਾਲ ਇੱਕ ਦੋ ਵਾਰ ਹੋ ਲਿਆ, ਆਹ ਦੇਖੋ ਔਰ ਇੱਕ ਨੱਟ ਲੱਗਿਆ ਪਤਾ, ਠੀਕ ਹੈ, ਅਤੇ ਮੈਨੂੰ ਨਹੀਂ ਪਤਾ ਉਹ ਕਦੋਂ ਨਿਕਲ ਕੇ ਗਿਰ ਗਿਆ, ਹੈ ਨਾ, ਸ਼ਾਇਦ ਗੱਡੀ 'ਚ ਹੀ ਗਿਰਿਆ ਸੀਗਾ, ਪਰ ਨਹੀਂ ਨਹੀਂ ਆਹ ਦੂਜਾ ਸੀਗਾ,
ਇੱਕ ਨੱਟ ਨਾ ਉਰੇ ਲੱਗਿਆ ਵਾ, ਆ ਇੱਥੇ ਲੱਗਿਆ ਵਾ ਹੁੰਦਾ ਇੱਕ ਨੱਟ। ਇਹ ਨਹੀਂ ਪਤਾ ਵੀ ਕਦੋਂ ਨਿਕਲ ਗਿਆ ਆਪਣੇ ਆਪ ਗੱਡੀ 'ਚ ਗਿਰ ਗਿਆ ਤੁਰਦੇ ਫਿਰਦੇ, ਜਾਂ ਫਿਰ ਇੱਦਾਂ ਹੋਣਾ ਵੀ ਇੱਥੋਂ ਨਿਕਲਿਆ ਹੋਣਾ ਜਦੋਂ ਇਹ ਐਂ ਚੀਜ਼ ਇੱਦਾਂ ਹੁੰਦੀ ਹੈ ਹੈ ਨਾ, ਇੱਥੇ ਹੀ ਪੈ ਗਿਆ, ਇੱਥੇ ਹੀ ਰਹਿ ਗਿਆ ਹੋਣਾ ਇੱਦਾਂ ਹੀ ਹੈ ਨਾ। ਕੱਲ੍ਹ ਪਰਸੋਂ ਮੈਂ ਉੱਦਾਂ ਹੀ ਇਹਨੂੰ ਐਂ ਥੱਲੇ ਨੂੰ ਕੀਤਾ ਅਤੇ ਆ ਨੱਟ ਗਿਰ ਗਿਆ ਸੀਗਾ। ਫਿਰ ਮੈਂ ਦੇਖਿਆ ਕਿਹੜੇ ਪਾਸੇ ਦਾ ਨੱਟ ਆ ਇਹ, ਮੈਨੂੰ ਲੱਗਿਆ ਵੀ ਸ਼ਾਇਦ ਇਹ ਵਾਲੇ ਪਾਸੇ ਦਾ, ਇਹ ਵਾਲੇ ਦਾ ਨਹੀਂ ਸੀਗਾ, ਇਹ ਆਹ ਵਾਲੇ ਪਾਸੇ ਦਾ ਸੀਗਾ ਇੱਥੋਂ ਲੱਗਣਾ। ਹੁਣ ਮੈਂ ਲਿਆਇਆ ਪੇਚਕਸ ਨਾਲ ਹੀ, ਗੱਡੀ 'ਚੋਂ ਹੀ ਕੱਢ ਲਈ ਹੈ ਨਾ, ਤਾਂ ਹੁਣ ਇਹ ਆਪਾਂ ਪੇਚਕਸ ਨਾਲ ਲਾ ਕੇ ਇਹਨੂੰ ਸੈੱਟ ਕਰ ਦੇਣਾ। ਕਹਿਣ ਦਾ ਮਤਲਬ ਇਹ ਆ ਵੀ ਜਿੰਨੇ ਵੀ ਆਹ ਨੱਟ ਨੇ ਹੈ ਨਾ ਸਾਰੇ, ਆਹ ਟਾਈਟ ਕਰਾ ਲਿਆ ਕਰੋ। ਕੰਪਨੀ ਨੇ ਸ਼ਾਇਦ ਇਹਨੂੰ ਘੱਟ ਕਰਕੇ, ਕੰਪਨੀ ਵੱਲੋਂ ਹਲੇ ਜਿੰਨੀ ਵੀ ਪ੍ਰੋਪਰ ਗੱਡੀ ਆਉਂਦੀ ਆ ਹੈ ਨਾ, ਕੰਪਨੀ ਦੇ ਵਿੱਚੋਂ ਫਿਰ ਵੀ ਮਾੜਾ ਮੋਟਾ ਕਮੀ ਰਹਿ ਜਾਂਦੀ ਆ, ਕਿਉਂਕਿ ਜਦੋਂ ਆਪਾਂ ਸੀਟ ਅੱਗੇ ਪਿੱਛੇ ਕਰਦੇ ਤੁਸੀਂ ਦੇਖਿਆ ਹੋਣਾ ਵੀ ਸੀਟ ਬੜੀ ਆਵਾਜ਼ਾਂ ਕਰਦੀਆਂ ਨੇ, ਚੂੰ ਚਾਂ ਜੀ ਕਰਦੀ ਹੈ ਨਾ ਸੀਟ ਜਦੋਂ ਵੀ ਆਪਾਂ ਬਹਿੰਦੇ ਹਾਂ ਹੈ ਨਾ, ਜਾਂ ਅੱਗੇ ਪਿੱਛੇ ਸੀਟ ਕਰਦੇ ਹਾਂ ਤਾਂ ਇੱਕ ਚੂੰ ਚਾਂ ਦੀ ਆਵਾਜ਼ ਜੀ ਆਉਂਦੀ ਹੈ ਸੀਟਾਂ ਤੋਂ ਹੈ ਨਾ, ਉਹ ਇਸੇ ਕਰਕੇ ਆਉਂਦੀ ਆ ਵੀ ਆਹ ਚੀਜ਼ਾਂ ਇਹਨਾਂ ਦੀ ਟਾਈਟ ਨਹੀਂ ਹੁੰਦੀਆਂ ਨੱਟ। ਪਰ ਹੁਣ ਜਦੋਂ ਆਪਣੀ ਸਰਵਿਸ ਹੋਣੀ ਆ, ਜਦੋਂ ਆਪਣੀ ਪਹਿਲੀ ਸਰਵਿਸ ਹੋਈ ਸੀ ਉਦੋਂ ਵੀ ਨੱਟ ਟਾਈਟ ਕਰਵਾਏ ਸੀਗੇ ਹੈ ਨਾ, ਬਾਕੀ ਫਿਰ ਵੀ ਮੈਨੂੰ ਲੱਗਦਾ ਵੀ ਕਮੀ ਰਹਿ ਗਈ, ਤਾਂ ਕਰਕੇ ਨਾ ਵੀ ਇਹ ਚੀਜ਼ਾਂ ਟਾਈਟ ਕਰਵਾ ਲਿਆ ਕਰੋ ਹੈ ਨਾ, ਧਿਆਨ ਨਾਲ ਸਾਰੇ, ਤਾਂ ਕਿ ਸਮਾਨ ਨਾ ਕੋਈ ਤੁਹਾਡਾ ਇੱਧਰ ਉੱਧਰ ਗਿਰ ਜੇ, ਕੋਈ ਨੱਟ ਗਿਰ ਜੇ ਹੈ ਨਾ। ਜਿਵੇਂ ਆਹ ਦੇਖੋ, ਆਹ ਬੈਲਟ ਦਾ ਇੱਕ ਹਿੱਸਾ ਲੱਗਿਆ ਵਾਪਰ ਹੈ ਨਾ ਬਲੈਕ ਕਲਰ ਦਾ, ਇਹ ਵਾਲੇ ਪਾਸੇ ਹੈ ਨਹੀਂ। ਹੁਣ ਇਹ ਨਹੀਂ ਪਤਾ, ਮੈਂ ਕਦੇ ਧਿਆਨ ਨਹੀਂ ਮਾਰਿਆ ਪਹਿਲਾਂ ਹੈਗਾ ਸੀ ਜਾਂ ਨਹੀਂ, ਜਾਂ ਡਿੱਗ ਗਿਆ, ਪਰ ਜੇ ਡਿੱਗਿਆ ਹੋਊ ਤਾਂ ਗੱਡੀ 'ਚ ਹੀ ਹੋਊਗਾ, ਨਹੀਂ ਜੇ ਨਾ ਹੋਇਆ ਤਾਂ ਫਿਰ ਸ਼ਾਇਦ ਇਹ ਇੱਦਾਂ ਹੀ ਹੁੰਦਾ ਹੋਊ। ਪਰ ਮੈਨੂੰ ਲੱਗਦਾ ਨਹੀਂ ਵੀ ਆਹ ਚੀਜ਼ ਇੱਦਾਂ ਆਉਂਦੀ ਹੋਊਗੀ, ਇਹਦੇ ਵਿੱਚ ਵੀ ਹੋਊਗਾ, ਇਹ ਡਿੱਗ ਗਿਆ ਮੇਰੇ ਤੋਂ, ਜਾਂ ਫਿਰ ਜਦੋਂ ਗੱਡੀ ਸਰਵਿਸ 'ਤੇ ਗਈ ਸੀਗੀ ਉੱਥੇ ਮਾੜਾ ਮੋਟਾ ਹੋ ਗਿਆ ਹੋਊ ਇਹਨਾਂ। ਤਾਂ ਬਾਕੀ ਇਹ ਚੀਜ਼ਾਂ ਹੁਣ ਮੈਂ ਨੱਟ ਉੱਥੇ ਲਾ ਕੇ ਦਿਖਾਉਂਦਾ ਸਾਨੂੰ, ਠੀਕ ਹੈ। ਅਤੇ ਬਾਕੀ ਆਹ ਸੀਟਾਂ ਸੈੱਟ ਕਰਦੀ ਅੱਜ, ਕਵਰ ਕੁਵਰ ਸਾਰੇ, ਕਿਉਂਕਿ ਜਦੋਂ ਆਪਾਂ ਕਿਉਂਕਿ ਜਦੋਂ ਵੀ ਕੋਈ ਬਹਿੰਦਾ ਹੁੰਦਾ ਸੀਗਾ ਇਹ ਕਦੇ ਥੱਲੇ ਹੋ ਜਾਂਦੀ ਸੀ ਕਦੇ ਉੱਤੇ ਹੈ ਨਾ, ਅੱਜ ਮੈਂ ਟੇਪ ਲੈ ਕੇ ਆਇਆ ਨਾਲ, ਇਹ ਫਿਕਸ ਜੀ ਕਰ ਦੇਣੀ ਆ ਹੁਣ ਜਦੋਂ ਤੱਕ ਆਪਾਂ ਕਵਰ ਨਹੀਂ ਪਵਾਉਂਦੇ ਹੈ ਨਾ, ਉਦੋਂ ਤੱਕ ਸੈੱਟ ਕਰ ਦੇਣਾ ਕੰਮ, ਕਿਉਂਕਿ ਸਾਂਭ ਕੇ ਰੱਖਣ ਵਾਲੀ ਚੀਜ਼ ਆ। ਸੋ ਤਾਂ ਕਰਕੇ ਹੁਣ ਪਹਿਲਾਂ ਆਪਾਂ ਮਾੜਾ ਜਿਹਾ ਸਾਫ਼ ਕਰ ਲਈਏ, ਇੱਥੋਂ ਮਿੱਟੀ ਕੱਢ ਦਿਆ ਕਰੋ। ਇਹ ਬਲੋਰ ਨਾਲ ਤਾਂ ਨਹੀਂ ਨਿਕਲਦੀ ਇਹ, ਪਰ ਤੁਹਾਨੂੰ ਆਪ ਕੱਢਣੀ ਪੈਂਦੀ ਆ, ਠੀਕ ਹੈ। ਜਦੋਂ ਤੁਸੀਂ ਸੀਟ ਅੱਗੇ ਪਿੱਛੇ ਕਰਦੇ ਹੋ ਨਾ ਇਹਦੇ ਵਿੱਚ ਵੈਰਿੰਗ ਹੁੰਦੇ ਨੇ, ਫਿਰ ਵੈਰਿੰਗ ਅੱਗੇ ਪਿੱਛੇ ਹੁੰਦੇ ਨੇ, ਤਾਂ ਕਰਕੇ ਇਹਨੂੰ ਸਾਫ਼ ਰੱਖਿਆ ਕਰੋ, ਫਿਰ ਇਹ ਪ੍ਰੋਬਲਮ ਨਹੀਂ ਆਊਗੀ ਕੋਈ ਤੁਹਾਨੂੰ ਅੱਗੇ ਪਿੱਛੇ ਕਰਨ ਦੇ ਵਿੱਚ, ਜਾਂ ਕੁਛ ਵੀ ਲਾ ਲਓ ਹੈ ਨਾ। ਇੱਥੋਂ ਕੱਢ ਦਿਆ ਕਰੋ, ਆਹ ਫਸੀ ਹੁੰਦੀ ਆ ਫਿਰ ਮਿੱਟੀ। ਬਾਕੀ ਬਸ ਕਾਲੀ ਗੱਡੀ ਦਾ ਇੱਕ ਆਹੀ ਚੱਕਰ ਹੈ, ਮਿੱਟੀ ਬਹੁਤ ਛੇਤੀ ਖਿੱਚਦੀ ਆ, ਜਦੋਂ ਤੱਕ ਇਹਦੇ ਵਿੱਚ ਆਪਾਂ ਕੋਟਿੰਗ ਨਹੀਂ ਕਰਾਉਂਦੇ, PPF ਨਹੀਂ ਕਰਾਉਂਦੇ, ਉਦੋਂ ਤੱਕ ਆਹੀ ਹਾਲ ਹੋਣਾ। ਉਹ ਵੀ ਕਰਾਵਾਂਗੇ ਟਾਈਮ ਨਾਲ, ਕਿਉਂਕਿ ਮਾੜੀ ਮੋਟੀ ਚੀਜ਼ ਨਹੀਂ, ਲੱਖ ਰੁਪਏ ਦਾ ਖਰਚਾ, ਉਹ ਕਰਾਵਾਂਗੇ ਟਾਈਮ ਨਾਲ। ਫਿਰ ਇੰਨੀ ਮਿੱਟੀ ਮਤਲਬ ਖੜਿਆ ਨਹੀਂ ਕਰੂ ਗੱਡੀ, ਜਦੋਂ ਆਪਾਂ ਇੱਕ ਵਾਰ ਕੋਟਿੰਗ ਕਰਾਤੀ ਨਾ ਗੱਡੀ ਦੀ, ਫਿਰ ਨਹੀਂ ਮਿੱਟੀ ਮੁੱਟੀ ਖੜਿਆ ਕਰਨੀ। ਹੁਣ ਜਿਵੇਂ ਡੈਸ਼ਬੋਰਡ 'ਤੇ ਦੇਖੋ ਮਿੱਟੀ ਖੜੀ ਹੈ ਨਾ, ਜਦੋਂ ਆਪਾਂ ਉਹ ਕਰਾਤੀ ਕੀ ਕਹਿੰਦੇ ਹੁੰਦੇ ਇਹਨੂੰ ਕੋਟਿੰਗ ਆ PPF, ਫਿਰ ਮਿੱਟੀ ਨਾ ਮਿੱਟੀ ਖੜੇ ਨਾ ਪਾਣੀ ਖੜੇ, ਬਸ ਕੱਪੜਾ ਮਾਰੋ ਸੁੱਕਾ ਨਾਲ ਲੱਗੀ ਸਾਫ਼ ਗੱਡੀ। ਆਹ ਵੀ ਦੇਸੀ ਦਾ ਜਗਾੜ ਲੱਗਦਾ ਦੇਖੋ, ਸਿਰਫ ਲਾਈਟ ਲਾ ਕੇ ਇੱਦਾਂ ਹੀ ਛੱਡੀ ਵੀ ਆ, ਜੇ ਇਹਦੇ ਉੱਤੇ ਕੋਈ ਕਵਰ ਕੁਵਰ ਲਾ ਦਿੰਦੇ ਤਾਂ ਵਧੀਆ ਰਹਿੰਦਾ ਹੈ। ਮਤਲਬ ਟੋਟਲ ਨਾਮ ਦੀ ਉਠਾਰ ਆ ਮੇਰੇ ਹਿਸਾਬ ਨਾਲ, ਤਾਂ ਬਹੁਤ ਹੀ ਜ਼ਿਆਦਾ ਦੇਸੀ ਜਗਾੜ ਕਰੇ ਹੋਏ ਨੇ, ਆਹ ਚੀਜ਼ਾਂ ਇੱਦਾਂ ਛੱਡੀਆਂ ਹੋਈਆਂ ਨੇ ਹੈ ਨਾ। ਆਹ ਸਾਲਾ ਇੱਕ ਸਕੂਲ ਬੈਗ ਵਾਲਾ ਛੱਡਿਆ ਹੋਇਆ, ਜਿਵੇਂ ਸਕੂਲ ਬੈਗ ਵਾਲਾ ਹੈਂਡਲ ਨਹੀਂ ਹੁੰਦਾ ਫੜਨ ਵਾਲਾ, ਉਹ ਉਰੇ ਵੀ ਕੋਈ ਵਧੀਆ ਚੀਜ਼ ਲੱਗ ਸਕਦੀ ਸੀ। ਇਹ ਕਮੀਆਂ ਨੇ ਮਤਲਬ ਇਸ ਗੱਡੀ ਦੇ ਵਿੱਚ ਹੈ ਨਾ। ਸੀਟ ਦੀ ਚਲੋ ਹੈਗੀ ਅੱਗੇ ਪਿੱਛੇ ਦੀ, ਉਹ ਤਾਂ ਸਾਰਿਆਂ ਨੂੰ ਪਤਾ, ਹੋਰ ਵੀ ਬਹੁਤ ਕਮੀਆਂ ਨੇ ਛੋਟੀ ਛੋਟੀਆਂ। ਬਾਕੀ ਚਲੋ ਹੁਣ ਜਿਹੜੀ ਨਵੀਂ ਆ ਰਹੀ ਉਹਦੇ ਵਿੱਚ ਕਹਿੰਦੇ ਸਨਰੂਫ ਵੀ ਆ ਜਾਣਾ ਖੁੱਲ੍ਹ ਜਾਇਆ ਕਰਨੀ, ਉਹ ਚੀਜ਼ ਦਾ ਫਾਇਦਾ ਆ। ਬਾਕੀ ਟਾਈਮ ਟੂ ਟਾਈਮ ਨਾਲ ਚੇਂਜ ਹੁੰਦੀ ਰਹਿੰਦੀ ਆ ਹਰ ਚੀਜ਼। ਆ ਰਿਹਾ ਨੱਟ, ਅਤੇ ਹੁਣ ਆਪਾਂ ਇਹਨੂੰ ਇੱਥੇ ਲਾਉਂਦੇ ਹਾਂ।
ਕਲੀਆ ਜੀ ਫੜਿਓ ਮੜਾ ਕੈਮਰਾ ਉੱਥੇ ਤੱਕ ਆਪਣਾ ਐਮ ਕਲੀਏ ਹਾਂਜੀ ਇਹ ਨੱਟ ਫਰੀ ਹੋਇਆ ਵਾ ਯਾਰ ਨੱਟ ਫਰੀ ਹੈ ਹਾਂ ਤਾਂ ਹੀ ਆਹ ਨੱਟ ਇੱਥੋਂ ਗਿਰਿਆ ਮੇਰੇ ਹਿਸਾਬ ਨਾਲ ਕਿਉਂਕਿ ਜੇ ਯਾਰ ਹੋਰ ਨੱਟ ਆਹ ਦੇਖ ਆਹ ਵੀ ਢਿੱਲੇ ਪਏ ਆ ਓਏ ਫੜ ਮਾੜਾ ਜਿਹਾ ਇੱਕ ਮਿੰਟ ਆਹ ਫੜ ਢਿੱਲਾ ਯਾਰ ਇਹ ਤਾਂ ਲੱਗੇ ਨਹੀਂ ਰਿਹਾ ਆਹ ਦੇਖ ਤਾਂ ਹੀ ਮੈਨੂੰ ਲੱਗਦਾ ਫਿਰ ਜਦੋਂ ਆਪਾਂ ਇਹਨੂੰ ਐਂ ਕਰਿਆ ਵਾ ਤਾਂ ਨਾ ਠੀਕ ਹੈ ਉੱਦਣ ਮੈਂ ਆਹ ਥੱਲੇ ਕਰਿਆ ਵੈਸੇ ਸੜਾ ਨੱਟ ਇੱਥੋਂ ਗਿਰ ਗਿਆ ਆਪਣੇ ਆਪ ਹੀ ਮੈਨੂੰ ਲੱਗਦਾ ਪਹਿਲਾਂ ਹੀ ਇੱਦਾਂ ਹੀ ਹੈ ਫਿਰ ਚੱਲ ਕੋਈ ਨਾ ਜਦੋਂ ਸਰਵਿਸ ਹੋਣੀ ਫਿਰ ਲਵਾ ਲੂੰਗੇ ਬਾਕੀ ਉੱਧਰ ਨਾ ਦੇਖਦਾ ਇੱਕ ਮਿੰਟ ਉੱਧਰ ਤਾਂ ਠੀਕ ਆ ਜਾਂ ਪੇਚਕਸ ਦੇ ਦੇ ਆਹ ਪਿੱਛੇ ਰੱਖ ਦਈਏ ਨਹੀਂ ਕਿਸੇ ਨੇ ਕੱਢ ਲੈ ਜਾਣਾ ਬਾਕੀ ਸਾਰੀ ਗੱਡੀ ਠੀਕ ਹੈ ਬਸ ਅੰਦਰੋਂ ਨੱਟ ਦਾ ਜਿਹੜਾ ਹੁੰਦਾ ਨਾ ਮੇਨ ਪ੍ਰੋਬਲਮ ਉਹੀ ਹੈ ਵੀ ਢਿੱਲੇ ਹੁੰਦੇ ਨੱਟ ਉਹ ਕਰਾ ਲਿਆ ਕਰੋ ਟਾਈਮ ਨਾਲ ਚੈੱਕ ਕਰਾ ਲਿਆ ਕਰੋ ਜਦੋਂ ਵੀ ਤੁਹਾਡੀ ਸਰਵਿਸ ਹੁੰਦੀ ਹੈ ਹੈ ਨਾ ਉਦੋਂ ਮਾੜਾ ਮੋਟਾ ਟਾਇਰ ਕਰਾ ਲਿਆ ਕਰੋ ਬਾਕੀ ਤਾਂ ਓਕੇ ਆ ਬਾਕੀ ਬਸ ਆਹ ਡੰਟ ਦਾ ਨਹੀਂ ਸਮਝ ਲੱਗ ਰਿਹਾ ਮੈਨੂੰ ਹੁਣ ਤੱਕ ਆਹ ਬੱਜੀ ਤਾਂ ਵੈਸੇ ਖੜੀ 'ਚ ਹੀ ਹੈ ਜਿਵੇਂ ਕਈ ਵਾਰ ਗੱਡੀ ਖੜੀ ਹੁੰਦੀ ਆ ਰੋਡ ਰਾਡ 'ਤੇ ਉੱਦਾਂ ਕਈ ਵਾਰ ਆਪਾਂ ਪਾਰਕ ਕਰਕੇ ਚੱਲ ਜਾਂਦੇ ਹਾਂ ਸ਼ਾਇਦ ਉਦੋਂ ਕਿਸੇ ਦਾ ਮੋਟਰ ਮੋਟਰਸਾਈਕਲ ਮਾੜਾ ਮੋਟਾ ਇੱਥੇ ਵੱਜਿਆ ਹੋਵੇ ਹੈਂਡਲ ਬਾਕੀ ਐਡਾ ਦਿੱਕਤ ਨਹੀਂ ਰਿਹਾ ਬਾਕੀ ਪਤਾ ਨਹੀਂ ਕਿਵੇਂ ਵੱਜਿਆ ਬਾਕੀ ਐਡੀ ਚੀਜ਼ ਤਾਂ ਚੱਲ ਜਾਂਦੀ ਹੈ ਐਡਾ ਤਾਂ ਕੋਈ ਰੌਲਾ ਨਹੀਂ ਜੇ ਜ਼ਿਆਦਾ ਅੰਦਰ ਵੜ ਜਾਂਦਾ ਫਿਰ ਔਖਾ ਹੋ ਜਾਣਾ ਸੀ ਕੰਮ ਇੰਨਾ ਤਾਂ ਚਲੋ ਕੁਛ ਨਹੀਂ ਨਾਲੇ ਦੇਖ ਵੀ ਨਹੀਂ ਰਿਹਾ ਮਾੜਾ ਮੋਟਾ ਹੀ ਆ ਬਾਕੀ ਤਾਂ ਓਕੇ ਆ ਚੀਜ਼